ਦੱਸਣਾ ਚਾਹੁੰਦੀ ਸੀ ਕਿ ਮੈਂ ਅੱਜ ਤੱਕ ਲੈਂਬਰ ਵੀਰੇ ਬਾਰੇ 25-30 ਸਾਲਾਂ 'ਚ ਮੈਂ ਕੋਈ ਗੱਲ ਨਹੀਂ ਇੱਦਾਂ ਦੀ ਵੈਸੇ ਕੋਈ ਸੁਣੀ। ਅੱਜ ਜੋ ਉਹਨਾਂ 'ਤੇ ਗਲਤ ਐਲੀਗੇਸ਼ਨ ਲੱਗਿਆ ਲੱਗ ਰਹੇ ਨੇ, ਮੈਨੂੰ ਹੈ ਨਾ ਥੋੜ੍ਹਾ ਜਿਹਾ ਬਹੁਤ ਜ਼ਿਆਦਾ ਮੈਨੂੰ ਦੁੱਖ ਲੱਗ ਰਿਹਾ। ਹਰੇਕ ਬੰਦਾ ਮਿਹਨਤ ਕਰਦਾ ਆਪਣੇ ਪਰਿਵਾਰ ਲਈ, ਆਪਣੇ ਬੱਚਿਆਂ ਲਈ, ਹੈ ਨਾ, ਕਿਉਂਕਿ ਅਸੀਂ ਇਕੱਠੇ ਸਟਰਗਲ ਕੀਤੀ, ਇਕੱਠੇ ਅਸੀਂ ਮਿਹਨਤ ਕੀਤੀ। ਮੈਂ ਵੀ ਉਹਨਾਂ ਨੂੰ ਜਾਣਦੀ ਚੰਗੀ ਤਰ੍ਹਾਂ। ਲੈਂਬਰ ਹੁਸੈਨਪੁਰੀ ਇਸ ਤਰ੍ਹਾਂ ਦਾ ਬੰਦਾ ਹੈ ਨਹੀਂ ਜਿਹੜਾ ਵੀ ਕੁਛ ਗਲਤ ਆਂਸਰ ਆ ਜਿਹੜੇ ਕਿ ਨਜਾਇਜ਼ ਫਾਇਦਾ ਚੁੱਕ ਰਹੇ ਨੇ। ਬਾਕੀ ਤੁਹਾਨੂੰ ਪਤਾ ਵੀ ਜਦੋਂ ਬੰਦਾ ਕਿਸੇ ਮੁਕਾਮ 'ਤੇ ਪਹੁੰਚ ਜਾਵੇ ਲੱਤਾਂ ਖਿੱਚਣ ਵਾਲੇ ਬਹੁਤ ਆ ਜਾਂਦੇ ਆ। ਹੁਣ ਇਹੀ ਮੈਂ ਤਾਂ ਅਰਦਾਸ ਕਰਦੀ ਹਾਂ ਵਾਹਿਗੁਰੂ ਜੀ ਅੱਗੇ ਹਰ ਵਕਤ, ਹੇ ਪਰਮਾਤਮਾ, ਹੇ ਵਾਹਿਗੁਰੂ ਜੀ, ਉਹਨਾਂ ਦੇ ਪਰਿਵਾਰ ਦੇ ਵਿੱਚ ਉਹਨਾਂ ਦੀ ਫੈਮਿਲੀ ਨੂੰ ਜੋੜਿਆ ਜਾਓ, ਇਕੱਠੇ ਰਹਿਣ ਆਪਣੇ ਬੱਚਿਆਂ ਦੇ ਵਿੱਚ। ਮਾਂ ਬਾਪ ਵੀ ਦੁਖੀ ਆ, ਬੱਚੇ ਵੀ ਦੁਖੀ ਆ, ਬੜਾ ਮਨ ਨੂੰ ਦੁੱਖ ਲੱਗਦਾ। ਬਾਕੀ ਆਪਾਂ ਸਾਰੇ ਪਰਿਵਾਰਾਂ ਵਾਲੇ ਹਾਂ, ਆਪਾਂ ਵੀ ਬੱਚਿਆਂ ਵਾਲੇ ਵੀ ਹਾਂ, ਕਿਉਂਕਿ ਕਹਿੰਦੇ ਜਿਹਦੇ 'ਤੇ ਪਈ ਆ ਨਾ, ਜਿਹਦੇ 'ਤੇ ਬੀਤਦੀ ਆ ਉਹਨੂੰ ਹੀ ਪਤਾ ਲੱਗਦਾ ਮੁਸੀਬਤ ਦਾ, ਦੂਸਰਾ ਬੰਦਾ ਕੁਛ ਨਹੀਂ ਜਾਣਦਾ। ਅੱਜ ਜੋ ਅੱਜ ਦੀ ਘੜੀ ਦੇ ਵਿੱਚ ਪਰਮਾਤਮਾ ਨੇ ਲੈਂਬਰ ਹੁਸੈਨਪੁਰੀ ਜੀ ਦੇ ਉੱਪਰ ਇਹ ਬਿਪਤਾ ਪਾਈ ਆ, ਪਤਾ ਨਹੀਂ ਇਹ ਕਿਹੜੇ ਕਰਮਾਂ ਦੀ ਸਜ਼ਾ ਦਿੱਤੀ ਆ, ਰੱਬ ਜਾਣਦਾ। ਇਹ ਤਾਂ ਜਾਣ ਬੁੱਝ ਕੇ ਵੀ ਪਾਈ ਗਈ ਆ, ਕਿਉਂਕਿ ਅੱਜ ਕੱਲ੍ਹ ਤੁਹਾਨੂੰ ਪਤਾ ਹੀ ਆ 100 ਦੁਸ਼ਮਣ 100 ਸੱਜਣ ਕਿਸੇ ਨੂੰ ਅੱਜ ਕੱਲ੍ਹ ਬੰਦਾ ਪਛਾਣ ਨਹੀਂ ਸਕਦਾ ਜਲਦੀ। ਮਖੋਟੇ ਚੜ੍ਹੇ ਹੁੰਦੇ ਮੂੰਹਾਂ 'ਤੇ, ਫੇਸ 'ਤੇ ਮਖੋਟੇ ਚਾੜੇ ਹੋਏ ਆ, ਜਿਨ੍ਹਾਂ ਦਾ ਪਤਾ ਨਹੀਂ ਲੱਗਦਾ ਬੰਦਾ ਉੱਪਰੋਂ ਕੀ ਆ, ਦਿਲੋਂ ਕੀ ਆ। ਬਹੁਤ ਤਰ੍ਹਾਂ ਦੀ ਦੁਨੀਆ ਹੈਗੀ ਆ, ਬਹੁਤ ਤਰ੍ਹਾਂ ਦੀ ਦੁਨੀਆ। ਦੁਨੀਆ ਨਹੀਂ ਜਿੱਤੀ ਕਿਸੇ ਨੇ। ਅੱਜ ਉਹਨਾਂ ਕੋਲ ਦੌਲਤ ਆ, ਸ਼ੋਹਰਤ ਆ, ਨਾਮ ਕਮਾਇਆ, ਸਾਰਾ ਕੀਤੀ ਕਰਾਈ ਉਹਨਾਂ ਦੀ ਅੱਜ ਸਾਰੀ ਖੂਹ 'ਚ ਪਾਈ ਹੋਈ ਆ। ਪਰ ਮੈਂ ਲੈਂਬਰ ਵੀਰੇ ਨੂੰ ਹੌਸਲਾ ਹਮੇਸ਼ਾ ਮੈਂ ਇਹੀ ਦਿੰਦੀ ਹਾਂ ਵੀ ਨਹੀਂ ਘਬਰਾਉਣਾ ਨਹੀਂ, ਤੁਸੀਂ ਮਾਲਕ 'ਤੇ ਭਰੋਸਾ ਰੱਖੋ। ਜੇ ਤੁਸੀਂ ਸੱਚੇ ਇਨਸਾਨ ਹੋ ਨਾ, ਹਮੇਸ਼ਾ ਸੱਚ ਦੀ ਜਿੱਤ ਹੁੰਦੀ ਆ। ਅਤੇ ਪਰ ਬਹੁਤ ਮਾੜੀ ਗੱਲ ਆ, ਪਰਿਵਾਰ ਨੂੰ, ਵਾਈਫ ਨੂੰ ਵੀ ਥੋੜ੍ਹਾ ਜਿਹਾ ਸੋਚਣਾ ਚਾਹੀਦਾ ਕਿ ਰਿਸ਼ਤੇਦਾਰ, ਭੈਣ ਭਰਾ ਸਭ ਆਪਣੇ ਆਪਣੇ ਥਾਂ ਆ। ਜੋ ਤੁਹਾਡਾ ਹਸਬੈਂਡ ਆ, ਤੁਹਾਡਾ ਲਾਈਫ ਪਾਰਟਨਰ ਆ, ਉਹਨਾਂ ਤੋਂ ਉੱਪਰ ਤੁਹਾਡੇ ਲਈ ਕੋਈ ਨਹੀਂ ਹੈਗਾ। ਰਿਸ਼ਤੇਦਾਰ ਤਾਂ ਥੋੜ੍ਹੀ ਦੇਰ ਦੇ ਹੁੰਦੇ, ਬਾਕੀ ਬੱਚੇ ਤੁਹਾਡੇ ਜਿਹੜੇ ਆ, ਤੁਹਾਡੇ ਬੱਚਿਆਂ ਨੇ ਤੁਹਾਡਾ ਸਾਥ ਦੇਣਾ ਆ ਜਾਂ ਤੁਹਾਡੇ ਹਸਬੈਂਡ ਨੇ ਤੁਹਾਡਾ ਸਾਥ ਦੇਣਾ। ਨਾ ਤਾਂ ਦੇਖੋ, ਬਾਕੀ ਗੱਲ ਮੈਂ ਲੈਂਬਰ ਵੀਰੇ ਨੂੰ ਵੀ ਆਪਣੇ ਇਸ ਫੇਸਬੁੱਕ ਰਾਹੀਂ ਲਾਈਵ ਹੋ ਕੇ ਦੱਸਣਾ ਚਾਹੁੰਦੀ ਹਾਂ ਕਿ ਨਾ ਤਾਂ ਸਾਰੇ ਯਾਰ ਦੋਸਤ ਅਤੇ ਨਾ ਹੀ ਸਾਰੇ ਰਿਸ਼ਤੇਦਾਰ। ਰਿਸ਼ਤੇ ਨਾਤੇ ਵੀ ਅੱਜ ਕੱਲ੍ਹ ਤੁਹਾਨੂੰ ਪਤਾ ਸਾਰੇ ਗਰਜਾਂ ਦੇ ਹੀ ਆ। ਜੇ ਤਾਂ ਤੁਸੀਂ ਗਰਜ ਸਾਰ ਦਿਓਗੇ ਤਾਂ ਠੀਕ ਆ। ਅੱਜ ਕੱਲ੍ਹ ਤੁਸੀਂ ਜਾਣਦੇ ਹੋ ਕਿ 99% 99 ਉਪਕਾਰ ਤੁਸੀਂ ਅੱਜ ਕੱਲ੍ਹ ਚਾਹੇ ਕਿਸੇ ਦੇ ਕਰ ਦਿਓ, ਇੱਕ ਉਪਕਾਰ ਨਾ ਕਰੋਗੇ ਨਾ, ਮੈਂ ਕਹਿੰਦੀ ਦਾਅਵੇ ਦੇ ਨਾਲ ਮੈਂ ਕਹਿੰਦੀ ਹਾਂ, ਤੁਹਾਡੇ 99 ਜਿਹੜੇ ਉਪਕਾਰ ਕੀਤੇ ਆ ਨਾ, ਉਹਨਾਂ ਦੀ ਇਹੀ ਤਾਂ ਹੀ ਫੇਰ ਕੇ ਰੱਖ ਦੇਣਗੇ ਉਹ ਸਾਰੀ। ਅੱਜ ਕੱਲ੍ਹ ਰਿਸ਼ਤਿਆਂ ਦੇ ਵਿੱਚ ਖੂਨ 'ਚ ਪਾਣੀ ਪੈ ਗਿਆ, ਅੱਜ ਕੱਲ੍ਹ ਖੂਨਾਂ 'ਚ ਵੀ ਪਾਣੀ ਪੈ ਗਿਆ ਆ। ਉਹਨਾਂ ਦੀ ਫੈਮਿਲੀ ਪ੍ਰੋਬਲਮ ਆ, ਦੇਖੋ ਤੁਸੀਂ ਕੈਸਾ ਧੱਜੀਆਂ ਉਡਾਈਆਂ ਜਾ ਰਹੀਆਂ ਉਹਨਾਂ ਦੇ ਫੈਮਿਲੀ, ਉਹਨਾਂ ਨੂੰ ਵਿਵਾਦ ਨੂੰ ਲੈ ਕੇ ਤੁਸੀਂ ਥੋੜ੍ਹੀ ਆਪਣੇ। ਬਾਕੀ ਗੱਲ ਰਹੀ ਮੀਡੀਆ ਵਾਲਿਆਂ ਦੀ, ਮੇਰੀ ਮੀਡੀਆ ਵਾਲੇ ਵੀ ਮੇਰੇ ਵੀਰਾਂ ਦੇ ਅੱਗੇ ਇਹੀ ਮੀਡੀਆ, ਸਾਰੇ ਮੀਡੀਆ ਦੇ ਅੱਗੇ, ਹਾਂ ਤੁਸੀਂ ਵੀ ਸਾਰੇ ਪਰਿਵਾਰਾਂ ਵਾਲੇ ਆ, ਮੇਰੀ ਬੇਨਤੀ ਹੱਥ ਜੋੜ ਕੇ ਗੁਜ਼ਾਰਿਸ਼ ਆ ਕਿ ਤੁਸੀਂ ਉਹਨਾਂ ਦੇ ਘਰੇਲੂ ਮਸਲੇ ਨੂੰ ਇੰਨਾ ਨਾ ਉਛਾਲੋ ਕਿ ਜਿੰਨਾ ਇੱਕ ਤਾਂ ਉਹ ਪ੍ਰੋਬਲਮ ਦੇ ਵਿੱਚ ਆ, ਦੂਸਰਾ ਤੁਸੀਂ ਕੁਛ ਨਾ ਕੁਛ ਇੱਦਾਂ ਕੁਛ ਕਰੀ ਜਾ ਰਹੇ ਆ, ਹੋਰ ਉਹਨਾਂ ਦੇ ਮਨ ਨੂੰ ਧੱਕਾ ਲੱਗ ਰਿਹਾ ਆ। ਕਿਉਂਕਿ ਸਾਨੂੰ ਵੀ ਪਤਾ, ਆਪਾਂ ਸਾਰੇ ਪਰਿਵਾਰਾਂ ਵਾਲੇ, ਆਪਾਂ ਬੱਚਿਆਂ ਵਾਲੇ ਹਾਂ, ਅੱਜ ਉਹਨਾਂ 'ਤੇ ਭੀੜ ਪਈ ਆ ਨਾ, ਆਪਾਂ ਗੱਲਾਂ ਕਰ ਰਹੇ ਹਾਂ। ਕਹਿੰਦੇ ਜਿਸ ਬੰਦੇ 'ਤੇ ਪਈ ਹੋਵੇ ਉਹ ਜਾਣਦਾ ਉਸ ਦੁੱਖ ਨੂੰ, ਅੱਜ ਉਹ ਕਿਹੜੀ ਮੁਸੀਬਤ ਤੋਂ ਗੁਜ਼ਰ ਰਹੇ ਨੇ ਇਹ ਤਾਂ ਉਹੀ ਜਾਣਦੇ ਆ ਨਾ, ਆਪਾਂ ਸਾਰੇ ਗੱਲਾਂ ਕਰਨ ਵਾਲੇ ਹਾਂ। ਪਰ ਮੇਰੀ ਤੁਹਾਡੇ ਹੱਥ ਜੋੜ ਕੇ ਇਹੀ ਬੇਨਤੀ ਆ ਕਿ ਤੁਸੀਂ ਸਾਰੇ ਜਾਣੇ ਪਲੀਜ਼ ਉਹਨਾਂ ਦਾ ਇੰਨਾ ਨਾ ਕਰੋ, ਉਹਨਾਂ ਦੇ ਘਰੇਲੂ ਮਸਲੇ ਨੂੰ ਸਕੋ, ਉਹਨਾਂ ਦੇ ਪਰਿਵਾਰ ਨੂੰ ਜੋੜਨ ਦੀ ਕੋਸ਼ਿਸ਼ ਕਰੋ। ਉਹਨਾਂ ਦੇ ਬੱਚੇ ਆ, ਛੋਟੇ ਛੋਟੇ ਬੱਚੇ ਆ, ਦੇਖੋ ਤੁਸੀਂ ਰਿਸ਼ਤੇਦਾਰ ਆ ਜਿਹੜੇ ਉਹ ਵੀ ਆਪਣੀ ਅਕਲ ਤੋਂ ਕੰਮ ਲੈਣ, ਥੋੜ੍ਹਾ ਜਿਹਾ ਸਮਝਦਾਰੀ ਤੋਂ ਕੰਮ ਲੈਣ। 100 ਘਰਾਂ 'ਚ ਗੱਲਾਂ ਬਾਤਾਂ ਹੋ ਜਾਂਦੀਆਂ ਆ, ਪਰ ਨਹੀਂ ਉਹਨੂੰ ਕਿਸੇ ਪਿਆਰ ਦੇ ਨਾਲ ਉਹਨੂੰ ਬੈਠ ਕੇ ਸੋਲਵ ਕਰੋ, ਉਹਨੂੰ ਆਪਣੇ ਆਪ ਦੇ ਵਿੱਚ ਉਹਨੂੰ ਨਿਬੇੜਾ ਕਰੋ ਉਹਦਾ, ਹੈ ਨਾ।
प्लीज़ बच्चे रुल जाते हैं, माँ बाप के बिना बच्चे रुल जाते हैं। सारी उम्र तो सारी उम्र मेरे भरा ने मेहनत की आ, किस तरह घर बार बनाया, किस तरह सारा कुछ मतलब है ना, इन्नी मेहनत मुशक्कत करता आ, उन्होंने फैमिली मैटर आ, प्लीज़ इदा ना करो। सारे जने उन्होंने साथ दो, तुसी उन्होंने हौसला दो, सुखो भी चलो सौ गल्लां बातें हो जांदियां, पर उन्होंने अपने घर च अपनी फैमिली चो उन्होंने सुलझाउण दी उन्होंने सारे अपील करो, तुसी उन्होंने साथ दो। उन्होंने बड़ा दुख लग रहा, बहुत ज़्यादा दुख लग रहा मैनू। बाकी मैं रजनी जैन नू भी जानती हाँ, वो कुड़ी नू भी मैं अज दी नहीं जानती हाँ, उन्होंने भी मैं बहुत मेरी चलो छोटिया भैन वर्गी आ, मैं उन्होंने भी जानती हाँ। कहिंदे वक्त ते वक्त बंदे नू बहुत कुछ सिखा दिंदा आ, है ना। चलो उस लड़की ने भी मैं कोई बहुत मुसीबत मैं देखिया, मैं उन्होंने भी जानती हाँ। मैं किसी के नाल नहीं है मेरा, मैं एक इंसान हाँ, मैं तो सारिया मुहब्बत करने वाली लेडी हाँ मैं, क्योंकि मैं किसी के दो पक्षी वो गल नहीं करूँगी मैं, क्योंकि मैं किसी नाल नहीं, मैं उन्होंने दुख दर्द समझदी हाँ। मैं रजनी नू भी जानती हाँ, चाहे उस लड़की ते भी एलीगेशन लगन डे आ बहुत कुछ, पर उन्हें तो कम करना, अज जे लैंबर ना भाजी ना कम ना करूगी वो किसी होर नू देख लूगी, है ना। उहदे ते भी एलीगेशन लगन डे आ बहुत ज़्यादा, पर माड़ी गल आ पहला सच्चाई की तह तक जाओ तुसीं, फिर मुद्दे नू उठाओ तुसीं, फिर उस गल की तह तक जाओ, पहला उस गल नू समझो तुसीं सारे जन, उसकी तह तक पहुँचो। यह नहीं है भी जना खना उठ के पहला ही वो कुछ कर दे, है ना। उन्होंने कई सिंगर ना उस कुड़ी ने काम भी किया, कई सिंगर के नाल उन्हें मतलब कि है ना, वो हूँ इन्हों का सारा कुछ चैनल हैंडल कर दी है, उन्होंने सारा उन्हें तो कम करना जी, उन्होंने भी कम की जरूरत हैगी है ना। तो इस करके ना सोच समझ के मैं तो बस हूँ यही चाहनी हूँ भी इदा ना करो प्लीज़ तुम सारे जने। ਝੱਗਾ ਸਾਰਾ ਹੀ ਚੱਕ ਦਿੱਤਾ ਮੈਨੂੰ ਲੱਗਦਾ ਹੁਣ ਤੇ, ਪਰ ਨਹੀਂ ਹੁਣ ਵੀ ਢਕਿਆ ਜਾ ਸਕਦਾ ਜੇ ਹੁਣ ਵੀ ਥੋੜਾ ਜਿਹਾ ਮਸਲੇ ਨੂੰ ਘਰ ਚ ਬੈਠ ਕੇ ਤੁਸੀਂ ਸੁਲਝਾਓ, ਹਨਾ। ਤੇ ਇਸ ਕਰਕੇ ਮਾੜੀ ਗੱਲ ਆ, ਨਹੀਂ ਤੁਸੀਂ ਹਨਾ ਇੱਦਾਂ ਨਾ ਕਰੋ ਪਲੀਜ਼। ਲੈਂਬਰ ਭਾਜੀ ਬਹੁਤ ਪਰੇਸ਼ਾਨ ਆ, ਉਹਨਾਂ ਦੀ ਵਾਈਫ ਬਹੁਤ ਪਰੇਸ਼ਾਨ ਆ, ਉਹ ਵੀ ਅੱਗੇ ਵਿਚਾਰੇ ਬਿਮਾਰ ਵੀ ਰਹਿੰਦੇ, ਉਹਨਾਂ ਦੀ ਵਾਈਫ ਵੀ ਨਾਈਸ ਲੇਡੀ, ਉਹ ਵੀ ਮੈਂ ਦੇਖਿਆ ਆ ਉਹਨਾਂ ਨੂੰ ਵੀ, ਅਤੇ ਬੱਚੇ ਵੀ ਬਹੁਤ ਪਿਆਰੇ ਬੱਚੇ ਆ। ਪਲੀਜ਼ ਉਹਨਾਂ ਦੀ ਜ਼ਿੰਦਗੀ ਨਾ ਰੋਲ ਲਓ ਤੁਸੀਂ ਘਰ 'ਚ ਬਹਿ ਕੇ। ਲੈਂਬਰ ਭਾਜੀ ਮੈਂ ਤੁਹਾਨੂੰ ਵੀ ਕਹਿੰਦੀ ਹਾਂ, ਕਿਸੇ ਗਲਤ ਆਂਸਰ ਆਪਣਾ ਸੋਚ ਵਿਚਾਰ ਕੇ ਆਪਣੀ ਜ਼ਿੰਦਗੀ ਬਾਰੇ ਤੁਸੀਂ ਅੱਗੇ ਬੱਚਿਆਂ ਦੀ ਲਾਈਫ ਬਾਰੇ ਸੋਚੋ ਬਸ ਤੁਸੀਂ। ਮੈਂ ਤਾਂ ਬੱਚਿਆਂ ਦਾ ਜ਼ਿਆਦਾ ਕਹਿਣ ਲਈ ਮੈਂ ਲਾਈਵ ਹੋਣ ਦਾ ਮੇਰਾ ਮਕਸਦ ਆ ਕਿ ਤੁਸੀਂ ਸਿਆਣੇ ਹੋ ਮੀਆਂ ਬੀਬੀ, ਤੁਸੀਂ ਆਪਣੇ ਬੱਚਿਆਂ ਬਾਰੇ ਸੋਚੋ, ਉਹਨਾਂ ਦੀ ਲਾਈਫ ਬਾਰੇ ਸੋਚੋ, ਕਿਉਂਕਿ ਉਹਨਾਂ ਨੇ ਚਾਰ ਦਿਨਾਂ ਬਾਅਦ ਸਾਰਾ ਕੁਛ ਕਰ ਕਰਾ ਕੇ ਸਾਈਡ 'ਤੇ ਬੈਠ ਜਾਣਾ। ਪਰ ਬੱਚੇ ਜਿਹੜੇ ਨਾ ਬੱਚਿਆਂ ਦੇ ਨਾਲ ਭਵਿੱਖ ਖਰਾਬ, ਇਹ ਤਾਂ ਬੱਚਿਆਂ ਦਾ ਭਵਿੱਖ ਖਰਾਬ ਹੋ ਰਿਹਾ ਆ। ਪਲੀਜ਼ ਛੋਟੇ ਬੱਚੇ ਆ ਤੁਹਾਡੇ, ਤੁਸੀਂ ਹੈ ਨਾ ਸਮਝਦਾਰ ਬਣੋ ਸਾਰੇ, ਤੁਸੀਂ ਆਪ ਦੋਨੇ ਮੀਆਂ ਵੀ, ਮੈਂ ਉਹਨਾਂ ਦੀ ਵਾਈਫ ਨੂੰ ਵੀ ਇਹੀ ਕਹਾਂਗੀ, ਉਹ ਵੀ ਮੇਰੀ ਇੰਟਰਵਿਊ ਦੇਖ ਲੈਣ। ਪਲੀਜ਼ ਭਾਬੀ ਜੀ ਤੁਸੀਂ ਵੀ ਮੇਰੀ ਹੱਥ ਜੋੜ ਕੇ ਬੇਨਤੀ ਆ, ਤੁਸੀਂ ਘਰ ਦੇ ਵਿੱਚ ਜਾਓ ਆਪਣੇ ਘਰ ਦੇ ਮਸਲੇ ਨੂੰ, ਕੋਈ ਗੱਲ ਨਹੀਂ, ਸੌ ਗੱਲਾਂ ਬਾਤਾਂ ਘਰਾਂ 'ਚ ਹੋ ਜਾਂਦੀਆਂ ਆ, ਅਤੇ ਕੋਈ ਗੱਲ ਨਹੀਂ ਹੈ ਨਾ। ਮੈਂ ਵੀ ਆਊਂਗੀ, ਮੈਂ ਘਰੇ ਵੀ ਆਊਂਗੀ, ਪਰ ਪਲੀਜ਼ ਤੁਸੀਂ ਨਾ ਬੱਚਿਆਂ ਬਾਰੇ ਸੋਚੋ ਬਸ, ਤੁਹਾਡੇ ਬਿਨਾਂ ਬੱਚੇ ਅਧੂਰੇ ਆ, ਠੀਕ ਹੈ ਨਾ।